पंजाब चो एक दिल दहलाउण वाली खबर सामने आई है जिसनों सुन के थोड़ी भी रूह कंब जाएगी। दरअसल फरीदकोट दे विच एक कथित प्रेम संबंध के चलद एक नौजवान का कतल कर दिता गया है। जी हाँ, ये तस्वीर सामने आई है फरीदकोट के नाल लगते पिंड टिब्बी पराया चो जिथे एक देर रात नौजवान का कतल कर दिता गया। ये तस्वीर सामने आई है, दस दी कि नजायज प्रेम संबंधा दे चलदिया ये पूरी घटना नूं अंजाम दिता गया है, ये उत्थे मौजूद लोगों का कहना है। पर हालांकि पुलिस मौके पर पहुंची है, पुलिस का कहना है कि इसकी जांच की जाएगी कि ये प्रेम संबंध दे चलदिया कतल होया या फिर किसी पुरानी रंजिश दे चलदिया इस घटना नूं इस वारदात नूं अंजाम दिता गया है, ये जांच का विषय है। पर जो तस्वीर सामने आई है उसनों ये कहा जा रहा है कि नजायज प्रेम संबंध के चलदिया इस घटना नूं अंजाम दिता गया। अक्सर ही इस नौजवान का घरे आना जाना सी, जो कि अपनी पुरानी प्रेमिका जिसका विआह भी हो चुका है उसके घर आके उसनों तंग परेशान करता सी, पति पत्नी नूं ब्लैकमेल भी करता सी। पर देर रात कुछ झगड़ा वध गया जिस तों बाद इस नौजवान का कतल कर दिता गया। इना ही नहीं, जब यह पूरी घटना वापरी तो उस घर मौजूद बजुर्ग औरत की भी मौत हो गई जब यह पूरी घटना वापरती है, क्योंकि वह पहले तो ही किसी बीमारी तो ग्रस्त सन, तो यह सब चीज़ा वो अपने से झेल ना सके तो उन्हों की भी मौत हो गई। ये मंदभागी तस्वीर सामने आई है जिथे एक नजायज प्रेम संबंधा के चलद्या एक नौजवान का कतल है। पुलिस का की कुछ कहना है तो उत्थे मौजूद लोगों का की कहना है वह भी थानू सुनाने। सर रात 9 बजे ये मुंडे जो आए है इन्हें घर गालां गूलां कढ़ियां इन्होंने बहुत बार बुर अटकाए है, तो उसकी माता की उस डैथ हुई है जी। बाद सारा पिंड तो इधर पुज गया, सारे जने आ गए, तो फिर वह सारे पिंड गालां कढ़ते रहे। हाँ जी, तो फिर सारे जने पिंड इकट्ठा हो गए, उन्होंने ਉਹਨਾਂ ਕੋਲ ਕਾਪੇ ਸੀਗਾ ਗੁੱਗੂ, ਉਹ ਵੀ ਵਾਰ ਕਰਦੇ ਸੀਗੇ। ਹਾਂਜੀ ਸਰ, ਕਾਰਵਾਈ ਤਾਂ ਚਾਹੀਦੀ ਹੈ ਵੀ ਕੋਈ ਅਣਪਛਾਤੇ, ਅਸੀਂ ਹੁਣ ਮੰਨ ਲਓ ਇਹ ਪਿੰਡ 'ਚ ਕੰਮ ਹੋਇਆ, ਅਸੀਂ ਪਿੰਡ ਤਾਂ ਚੱਲ ਕੇ ਨਹੀਂ ਗਿਆ ਜੀ ਉੱਥੇ, ਮੰਨ ਲਓ ਧੱਕਾ ਕਰਦੇ ਆ ਪਿੰਡ ਦੇ ਵਿੱਚ ਆ ਕੇ ਧੱਕਾ ਕਰੀ ਜਾਂਦੇ ਆ। ਹਾਂ ਸਰ, ਕੋਈ ਪੁਰਾਣਾ ਇਹਨਾਂ ਦਾ ਕੋਈ ਰਿਲੇਸ਼ਨ ਸੀਗਾ ਜੀ, ਉਹ ਵਿਚਾਰਾ ਉਹ ਮੁੰਡੇ ਨੂੰ ਧਮਕਾਈ ਧਮਕੂਈ ਬਹੁਤ ਬੈਠਾ ਸੀਗਾ, ਪੈਸੇ ਵੀ ਲਏ ਉਹਨੇ 25 ਲੱਖ ਰੁਪਏ, ਉਹਨੇ ਚਾਰ ਕਿੱਲੇ ਗਹਿਣੇ ਜ਼ਮੀਨ ਰੱਖ ਕੇ ਵਿਚਾਰੇ ਦਿੱਤੇ, ਜਵਾਕਾਂ ਦਾ ਦਬਕਾ ਦਿੰਦਾ ਸੀ ਵੀ ਮੈਂ ਮਾਰ ਦੂੰ। ਹਾਂ, ਬਲੈਕਮੇਲ ਕਰਦਾ ਸੀ। ਇੱਕ ਰਾਤ ਪਿੰਡ ਟਿੱਬੀ ਪਰਾਈਆਂ ਵਿੱਚ ਗੁਰਪ੍ਰੀਤ ਨਾਮ ਲੜਕੇ ਜੋ ਕਿ ਉਮਰ ਕੀ 30 ਸਾਲ ਸੀ, ਫਰੀਦਕੋਟ ਦਾ ਰਹਿਣ ਵਾਲਾ ਸੀ, ਉਹਦਾ ਇੱਕ ਇੱਥੇ ਮਰਡਰ ਹੋ ਗਿਆ, ਅਤੇ ਉਹ ਉਹਦੀ ਇਨਵੈਸਟੀਗੇਸ਼ਨ ਵਾਸਤੇ ਅਸੀਂ ਹਰ ਐਂਗਲ 'ਤੇ ਕੰਮ ਕਰ ਰਹੇ ਹਾਂ, ਅਤੇ ਇਸ ਪਿੰਡ ਦੇ ਹੀ ਲੜਕਾ ਜਸਪ੍ਰੀਤ ਅਤੇ ਉਹਦੀ ਘਰ ਵਾਲੀ ਮਨਪ੍ਰੀਤ ਕੌਰ ਨੂੰ ਅਸੀਂ ਪੁੱਛਗਿੱਛ ਲਈ ਲੈ ਕੇ ਗਏ ਹਾਂ, ਕਿਉਂਕਿ ਜਿਹੜਾ ਮਰਨ ਵਾਲਾ ਲੜਕਾ ਉਹ ਇਸ ਘਰ ਦੇ ਵਿੱਚ ਆਉਂਦਾ ਆਉਣ ਜਾਣ ਸੀਗਾ, ਅਤੇ ਉਸ ਐਂਗਲ 'ਤੇ ਹੀ ਕੰਮ ਕਰ ਰਹੇ ਹਾਂ ਵੀ ਕੋਈ ਇਹਨਾਂ ਦਾ ਵਜ੍ਹਾ ਰੰਜ ਜਾਂ ਕੋਈ ਰਿਲੇਸ਼ਨ ਦਾ ਰੌਲਾ ਸੀ, ਉਸ ਕਰਕੇ ਅਸੀਂ ਇਨਵੈਸਟੀ ਨਹੀਂ, ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ, ਅਸੀਂ ਉਸ ਨੂੰ ਜਲਦੀ ਕਲੀਅਰ ਕਰ ਲਾਂਗੇ ਵੀ ਇਹਨਾਂ ਦਾ ਵਿੱਚ ਕੀ ਇਸ ਪਰਿਵਾਰ ਦਾ ਕੀ ਰੋਲ ਸੀਗਾ। ਕਿਸੇ ਲੇਡੀਜ਼ ਦੀ ਡੈਥ ਸੀ? ਹਾਂ, ਇਸੇ ਪਰਿਵਾਰ ਦੀ ਇੱਕ ਮਾਤਾ ਬਿਰਧ ਮਾਤਾ ਸੀ, ਕਾਫੀ ਲੰਬੇ ਟਾਈਮ ਤੋਂ ਕਿਸੇ ਬਿਮਾਰੀ ਨਾਲ ਜੂਝ ਰਹੀ ਸੀ, ਤਕਰੀਬ ਰਾਤ ਨੂੰ 9 ਵਜੇ ਉਹਦੀ ਡੈਥ ਹੋ ਚੁੱਕੀ ਸੀ। ਕੋਈ ਇਸੇ ਲੜਾਈ ਝਗੜੇ 'ਚ ਹੋਈ? ਨਹੀਂ, ਇਸ ਲੜਾਈ ਝਗੜੇ ਨਾਲ ਨਹੀਂ, ਉਸਦਾ ਕੋਈ ਸੰਬੰਧ ਹੈਗਾ, ਬਟ ਉਹ ਪਹਿਲਾਂ ਹੀ ਕਾਫੀ ਬਿਮਾਰੀ ਨਾਲ ਜੂਝ ਰਹੀ ਸੀ। ਸਰ ਕਿੱਥੇ ਕੀਤਾ ਗਿਆ ਮਰਡਰ, ਕਿਸ ਚੀਜ਼ ਨਾਲ ਕੀਤਾ ਗਿਆ? ਇਹ ਟਿੱਬੀ ਪਾਈਆਂ ਦਾ ਪਿੰਡ ਜਿਹੜਾ ਲਿੰਕ ਰੋਡ ਹੈ, ਉਸ ਤੋਂ ਪਿੰਡ ਤੋਂ ਕੋਈ 300 ਮੀਟਰ ਦੀ ਦੂਰੀ 'ਤੇ ਜੇ ਡੈਡ ਬੋਡੀ ਮਿਲੀ, ਅਤੇ ਜਿਹੜੇ ਕੋਈ ਸਿਰ 'ਤੇ ਸੱਟ ਲੱਗੀ, ਜਿਹੜੀ ਮੌਕੇ 'ਤੇ ਡੈਥ ਹੋ ਗਈ ਸੀ, ਅਤੇ ਉਸਦਾ ਨਾਲ ਇੱਕ ਆਕਾਸ਼ਦੀਪ ਸਾਥੀ ਹੈ ਨਾਲ, ਉਹ ਜੇ ਮੈਡੀਕਲ ਕਾਲਜ ਦਾਖਲੇ, ਅਤੇ ਸਾਨੂੰ ਕਾਫੀ ਉਸ ਤੋਂ ਕਲੀਅਰ ਹੋ ਜਾਏਗਾ ਵੀ ਇਹ ਉਸ ਟਾਈਮ ਕੀ ਕਿਸ ਤਰ੍ਹਾਂ ਹੈ। ਨਹੀਂ, ਇਹ ਮੈਡੀਕਲ ਰਿਪੋਰਟ ਸਾਨੂੰ ਆ ਜਾਏਗਾ ਪੋਸਟਮਾਰਟਮ ਦੌਰਾਨ, ਸਾਨੂੰ ਪਤਾ ਲੱਗ ਜਾਏਗਾ, ਕੋਈ ਫਾਇਰ ਨਹੀਂ ਲੱਗਾ, ਬਟ ਕੋਈ ਹੁਣ ਅਸੀਂ ਹਰ ਐਂਗਲ 'ਤੇ ਕੰਮ ਕਰ ਰਹੇ ਹਾਂ, ਇਨਵੈਸਟੀਗੇਸ਼ਨ ਦਾ ਸਾਡਾ ਪਾਰਟ ਹੈ, ਹਰ ਤਰ੍ਹਾਂ ਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਸੀ ਸੀ ਟੀ ਵੀ ਫੁਟੇਜ ਵੀ ਅਸੀਂ ਸੰਭਾਲ ਰਹੇ ਹਾਂ, ਅਤੇ ਬਹੁਤ ਜਲਦੀ ਇਹਨੂੰ ਕਲੀਅਰ ਕਰ ਲਾਂਗੇ।